ਫਿਲੌਰ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਲਸਾੜਾ ਰੋਡ 'ਤੇ ਸਥਿਤ ਪੈਟਰੋਲ ਪੰਪ ਦੀ ਪੁਰਾਣੀ ਬਿਲਡਿੰਗ ਦੀ ਢੋਆ ਢੁਆਈ ਕਰਦੇ ਸਮੇਂ ਕੁਝ ਮਜ਼ਦੂਰ ਬਿਲਡਿੰਗ ਦੇ ਮਲਬੇ ਹੇਠਾਂ ਦੱਬ ਗਏ। ਦੱਸਿਆ ਜਾ ਰਿਹਾ ਹੈ ਕਿ ਦੋ ਮਜ਼ਦੂਰਾਂ ਦੀ ਇਸ ਹਾਦਸੇ ਦੌਰਾਨ ਜਾਨ ਵੀ ਚਲੀ ਗਈ ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਕਿ ਉਹ ਚਿਹਰੇ ਇਲਾਜ ਹਨ। ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਉਹ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹਨ। ਉਹਨਾਂ ਦੱਸਿਆ ਕਿ ਉਕਤ ਹਾਦਸਾ ਮੀਂਹ ਕਾਰਨ ਖਰਾਬ ਹੋਈ ਛੱਤ ਨੂੰ ਮਜ਼ਦੂਰਾਂ ਵੱਲੋਂ ਢਾਉਣ ਕਾਰਨ ਵਾਪਰਿਆ ਹੈ ਜੋ ਕਿ ਅਚਨਚੇਤ ਹੈ। ਅੱਜ ਇੱਥੇ ਲਸਾੜਾ ਪੈਟਰੋਲ ਪੰਪ 'ਤੇ ਇੱਕ ਪੁਰਾਣੀ ਬਿਲਡਿੰਗ ਸੀਗੀ ਅਤੇ ਉਹ ਮੀਂਹ ਨਾਲ ਖਸਤਾ ਹੋਈ ਹੋ ਸੀ ਅਤੇ ਉਹਨੂੰ ਅੱਜ ਕੰਪਨੀ ਵਾਲਿਆਂ ਦੀ ਦੇਖ ਰੇਖ 'ਚ ਉਹਨੂੰ ਉੱਪਰੋਂ ਛੱਤ ਛੁੱਤ ਢਾ ਰਿਹਾ ਸੀ ਤਾਂ ਉਹ ਦੋ ਮਜ਼ਦੂਰ ਸੀਗੇ ਜਿਹੜੇ ਬੰਦੇ ਉਹ ਥੱਲੇ ਆ ਕੇ ਉਹਨਾਂ ਦੀ ਠੇਕੇਦਾਰ ਸੀਗੇ ਉਹਨਾਂ ਨੇ ਠੇਕਾ ਲਿਆ ਸੀ ਅਤੇ ਉਹਨਾਂ ਦੀ ਆ ਕੇ ਮੈਨੂੰ ਹੁਣੇ ਮੈਂ ਤਾਂ ਆਇਆ ਮੈਨੂੰ ਹੁਣ ਪਤਾ ਲੱਗਿਆ ਕਿ ਸ਼ਾਇਦ ਮੌਤ ਹੋ ਗਈ ਉਹਨਾਂ ਦੀ। ਕਿੱਥੋਂ ਦਾ ਸੀ ਭਾਅ ਜੀ ਰਹਿਣ ਵਾਲੇ? ਉਹ ਇੱਕ ਯੂਪੀ ਦਾ ਸੀ ਅਤੇ ਇੱਕ ਸ਼ਾਇਦ ਹਿਮਾਚਲ ਦਾ। ਮੈਨੂੰ ਹਜੇ ਕਲੀਅਰ ਪਤਾ ਨਹੀਂਗਾ, ਮੈਂ ਹਜੇ ਪਹੁੰਚਿਆ ਹੀ ਹਾਂ, ਮੈਂ ਕਿਤੇ ਗਿਆ ਸੀ ਬਾਹਰ। ਅਤੇ ਕਿੰਨੀ ਦੇਰ ਤੋਂ ਤੁਹਾਡੇ ਕੋਲ ਕੰਮ ਕਰਦੇ ਹਾਂ? ਉਹ ਤਾਂ ਅੱਜੇ ਤਾਂ ਆਏ ਆ। ਪਹਿਲੇ ਦਿਨ ਹੀ ਅੱਜ? ਪਹਿਲੇ ਦਿਨ ਆਏ ਸੀ। ਪਹਿਲੇ ਦਿਨ ਆਏ? ਹਾਂਜੀ। ਇਹ ਕੰਪਨੀ ਵੱਲੋਂ ਸੀ ਜਾਂ ਆਪਣੇ ਵੱਲੋਂ ਸੀ? ਨਹੀਂ, ਕੰਪਨੀ ਦਾ ਤਾਂ ਠੇਕਾ ਸੀ, ਤਾਂ ਪੁਰਾਣਾ ਮਕਾਨ ਸੀਗਾ। ਅੱਛਾ ਜੀ। ਪੁਰਾਣਾ ਸੀ, ਉਹਨੇ ਕਨੋਪੀ ਬੜੀ ਕਰਨੀ ਸੀ। ਅੱਛਾ ਜੀ। ਉਹਦੇ ਕਰਕੇ ਉਹ ਸਫਾਈ ਕਰਾ ਰਿਹਾ ਸੀ ਕੰਪਨੀ ਵਾਲੇ। ਮੈਂ ਜਦੋਂ ਤੱਕ ਆ ਰਿਹਾ ਸੀ ਤਾਂ ਮੈਨੂੰ ਪਤਾ ਲੱਗਾ ਕਿ ਸਿੱਧੀ ਧੂੰ ਆਏਗਾ, ਪਤਾ ਲੱਗਾ ਬਹੁਤ ਹੀ ਵੱਡਾ ਜਿਹੜਾ ਦਰਦਨਾਕ ਹਾਦਸਾ ਹੋਇਆ ਹੈ ਲਸਾੜੇ ਜਿਹੜਾ ਨਵਾਂ ਸ਼ਹਿਰ ਰੋਡ ਦੇ ਉੱਤੇ ਪੈਟਰੋਲ ਪੰਪ ਆ। ਪੈਟਰੋਲ ਪੰਪ ਲੇਬਰ ਕੀਤਾ ਜਾ ਸਕਦਾ ਦਾ, ਉਹਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਵੀ ਹੈਲਮਟ, ਉਹਦੇ ਵਿੱਚ ਇੱਕ ਜਿਹੜਾ ਸੀਗਾ ਉਹ ਮਜ਼ਦੂਰ ਜਿਹੜਾ ਸੀਗਾ ਉਹ ਪੀੜ 'ਚ ਆ ਗਿਆ ਅਤੇ ਇੱਕ ਜਿਹੜਾ ਸੀਗਾ ਪੈਟਰੋਲ ਪੰਪ ਦਾ ਜਿਹੜਾ ਦੇਖਭਾਲ ਦਾ ਕਰਿੰਦਾ ਜਿਹੜਾ ਸੀ ਉਹਦੀ ਪੀੜ 'ਚ ਦੋ ਬੰਦੇ ਜਿਹੜੇ ਹੋਰ ਜ਼ਖਮੀ ਹੋ ਗਏ ਉਹਨਾਂ ਨੂੰ ਜਿਹੜਾ ਹੈਗਾ ਹੋਸਪਿਟਲ ਦੇ ਅਲੱਗ ਮੁਸਾਫਰ ਕਰਨਾ ਹੋਇਆ। ਇਹ ਜਿਹੜੀ ਘਟਨਾ ਹੈਗੀ ਆ ਅਚਨਚੇਤ ਜਿਹੜੀ ਹੈਗੀ ਆ ਵਾਪਰੀ ਹੈਗੀ ਆ, ਇਹਦੇ ਲਈ ਬਹੁਤ ਹੀ ਅਸੀਂ ਚਿੰਤਤ ਹਾਂ। ਉਧਰ ਲਸਾੜਾ ਪੁਲਿਸ ਚੌਂਕੀ ਦੇ ਇੰਚਾਰਜ ASI ਉਮੇਸ਼ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਦੀ ਪਹਿਚਾਣ ਸੀਸ ਕੁਮਾਰ ਅਤੇ ਵਿਨੋਦ ਕੁਮਾਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੈਂ ਚੌਂਕੀ ਲਸਾੜੇ ਆਇਆ ਸੀ ਅਤੇ ਮੈਨੂੰ ਇਤਲਾਹ ਮਿਲੀ ਵੀ ਇੱਥੇ ਇੰਡੀਅਨ ਪੰਪ ਲਸਾੜੇ ਵਿਖੇ ਬੰਦੇ ਜਿਹੜੇ ਕੰਮ ਕਰਦੇ ਸੀ ਉੱਥੇ ਮੌਕੇ 'ਤੇ ਫਿਸ ਕੇ ਉਹਨਾਂ ਦੀ ਮੌਤ ਹੋ ਗਈ ਹੈ। ਮੈਂ ਮੌਕੇ 'ਤੇ ਪੁੱਜਿਆ ਉੱਥੇ ਲਸਾੜੇ ਪੈਟਰੋਲ ਪੰਪ 'ਤੇ ਜਿੱਥੇ ਦੋ ਬੰਦੇ ਜਿਹੜੇ ਮੌਕੇ 'ਤੇ ਉਹਦੇ ਹੋ ਗਏ ਸੀ ਅਤੇ ਜਿਹੜੇ ਦੋ ਬੰਦੇ ਜ਼ਖਮੀ ਸੀ ਉਹਨਾਂ ਨੂੰ ਰਾਜ ਹਸਪਤਾਲ ਨਵਾਂ ਸ਼ਹਿਰ ਵਿਖੇ ਕਰਵਾਉਣ ਲਈ ਭੇਜਦੇ ਆ। ਉਹਨਾਂ ਦੀ ਕੰਡੀਸ਼ਨ ਕੀ ਹੈ ਦੇਖਦੇ ਹਾਂ ਜਾ ਕੇ, ਬਾਕੀ ਜੋ ਮਰਜ਼ੀ ਕਾਰਵਾਈ ਹੋਈ ਉਹ ਕਿੰਨੇ ਬੰਦੇ ਸੀਗੇ ਸਰ? ਹਾਂਜੀ, ਕਿੰਨੇ ਬੰਦੇ ਸੀਗੇ ਸਰ? ਲਈ ਦੋ ਬੰਦੇ ਮੌਤ ਹੋ ਗਈ ਮੌਕੇ 'ਤੇ। ਹੁਣ ਕੀ ਕਾਰਨ ਨਾ ਕੀ ਸੀ? ਇੱਕ ਸਤੀਸ਼ ਕੁਮਾਰ ਹੈ, ਇੱਕ ਵਿਨੋਦ ਕੁਮਾਰ ਹੈ। ਅਗਲੀ ਕਾਰਵਾਈ ਕੀ ਚੱਲ ਰਹੀ? ਅਗਲੀ ਕਾਰਵਾਈ ਕੀ ਆਪਣੀ? ਅਗਲੀ ਕਾਰਵਾਈ ਜੋ ਉਹਨਾਂ ਦੇ ਪੇਰੈਂਟਸ ਨੂੰ ਦੱਸਦੀ ਹੈ, ਜੋ ਕਹਿਣਗੇ ਜਿਸ ਤਰੀਕੇ ਨਾਲ ਉਹ ਬਿਆਨ ਲਿਖਾਉਣਗੇ ਉਸ ਹਿਸਾਬ ਨਾਲ ਪੁਲਿਸ ਕਰਵਾਈ ਕਰਦਾ।